ਗੁਰਤੇਜ ਖਜਾਂਚੀ ਤੇ ਗੁਰਦਾਸ ਪ੍ਰਧਾਨ ਵੱਡੇ ਮਾਨ ਗੋਪੀਓ ਲਈ 50 ਰੁਪਈਆਂ ਦਾ ਭੇਜਿਆ ਮੈਂ ਤੁਹਾਨੂੰ ਤੋਂ ਜੀਤ ਸਿੰਘ ਜੀ ਮੈਂਬਰ ਪੰਚਾਇਤ 20 ਰੁਪਏ ਮਾਨ ਕਰਦੇ ਆ ਗੁਰਤੇਜ ਸਿੰਘ ਜੀ ਸਾਬਕਾ ਪ੍ਰਧਾਨ 20 ਰੁਪਏ ਮਾਨ ਕਰਦੇ ਬਹੁਤ ਬਹੁਤ ਧੰਨਵਾਦ ਲਓ ਸੁੱਖਾ ਖੇਡ ਗਰਾਊਂਡ ਦੇ ਚਾਹ ਦੇਖੋ ਆ ਦੇਖੋ ਕਰਦਾ ਇਕੱਠਾ ਆ ਲਾਤਾ ਜੱਫਾ ਜਗ ਸਿੰਘ ਵੱਲ ਦੇ ਖਿਡਾਰੀ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਆ ਪਿਛਲੇ ਦਿਨੀ ਕਹਿੰਦੇ ਅਕਾਲਗੜ੍ਹ ਦੇ ਕਬੱਡੀ ਕਰਕੇ ਦੁਨੀਆ ਭਰ ਦੇ ਖਿਡਾਰੀਆਂ ਨੂੰ ਡੱਕਿਆ ਕਹਿੰਦੇ ਦੁਨੀਆ ਦੇ ਸੁਪਰ ਸਟਾਰ ਰੇਡਰਾਂ ਨੂੰ ਡੱਕਿਆ ਸੁੱਖੇ ਨੇ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਉਸ ਨੌਜਵਾਨ ਦੇ ਹਿੱਸੇ ਆਈਆਂ ਜਿੱਥੇ ਸੈਮਸੰਗ ਮੋਬਾਈਲ ਤੇ ਕਬਜ਼ਾ ਕੀਤਾ ਆਓ ਦੇਖੋ ਖੇਡ ਗਰਾਊਂਡ ਦੇ ਉੱਤੇ ਲਾ ਦੇਖੋ ਨਾਨਕ ਰਾਮਪੁਰੇ ਵਾਲੇ ਨੂੰ ਜੱਫਾ ਪਰ ਆ ਆਉਂਦਾ ਗੱਭਰੂ ਖੇਡ ਗਰਾਊਂਡ ਦੇ ਵਿੱਚ ਇੱਕ ਅੱਗ ਦਾ ਵਾਅਦਾ ਕਰਦਾ ਹੋਇਆ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਆ ਦੇਖੋ ਲਓ ਖੇਡ ਗਰਾਊਂਡ ਦੇ ਵਿੱਚ ਜੋਤ ਇੱਕ ਭਿੰਡਰਾਂ ਦੀ ਧਰਤੀ ਦਾ ਇੱਕ ਆ ਨੌਜਵਾਨ ਜੋਤ ਕਬੱਡੀ ਕਰਦਾ ਅਗਲੀ ਲਿਸਟ ਮੇਰੇ ਕੋਲੇ ਪੁੱਜਦੀ ਕਰ ਦੋ ਖੇਡ ਗਰਾਊਂਡ ਦੇ ਵਿੱਚ ਖੀਰਾ ਜਗਤ ਸਿੰਘ ਵਾਲੇ ਨੂੰ ਕੀਤਾ ਹੋਇਆ ਟੱਚ ਔਰ ਪੁਆਇੰਟ ਜਿਹੜਾ ਇਸ ਸਮੇਂ ਗੁੜੀ ਸੰਗਰ ਦੇ ਖਾਤੇ ਜੁੜਦਾ ਹੋਇਆ ਅਲੈਕਸ ਤੁਹਾਡੇ ਕੋਲ ਆ ਜੀ ਥੱਲੇ ਮੈਚ ਆ ਜਿਹੜਾ ਉਹ ਜੇਤੂ ਆ ਜੇਤੂ ਨਾਲ ਆ ਹਾਂ ਦਰਮਣ ਦੇ ਨਾਲ ਜਿਹੜੀ ਜੇਤੂ ਟੀਮ ਹੋਊਗੀ ਉਹਦਾ ਮੈਚ ਹੋਣਾ ਹੈ ਡਗਰੂ ਤੇ ਗੁਰੂ ਸਰ ਤੀਸਰੇ ਰਾਊਂਡ ਦਾ ਅਗਲਾ ਮੈਚ ਦੋਸਤੋ ਟੀਮਾਂ ਤਿਆਰੀ ਖਿੱਚ ਲਓ ਡਗਰੂ ਤੇ ਗੁਰੂ ਸਰ ਵਾਦੀਆਂ ਤੇ ਬਹਿਬਲ ਕਲਾਂ ਦੀ ਗੱਲ ਹੋਣੀ ਹੈ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਵਾਦੀਆਂ ਤੇ ਬਹਿਬਲ ਕਲਾਂ ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਦਾ ਮੁਕਾਬਲਾ ਹੋਣਾ ਹੈ ਲਓ ਅਗਲੀ ਰੇਡ ਪੰਜਾਹ ਰੁਪਏ ਮਹਿੰਦਰ ਸਿੰਘ ਜੀ ਬਰਾੜ ਸਾਹਿਬ ਟੀਮ ਦਾ ਮਾਨ ਕਰਕੇ ਗਏ ਬਹੁਤ ਧੰਨਵਾਦ 75 ਕਿਲੋ ਦੀਆਂ ਟੀਮਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਨਾ ਐਂਟਰ ਕਰਾ ਦਿਓ ਬਈ ਸੋਨੀ ਐਂਟਰੀਆਂ ਬੰਦ ਕਰਨ ਲੱਗੇ ਆ ਸੋਨੀ ਢਿੱਲੋਂ ਆਖਦਾ ਬਾਬਾ ਨਿੰਮਾ ਜਿੰਨੇ ਜੱਫੇ ਲਾਊ ਉਹਨੇ 50 ਦੇ ਨੋਟ ਲਾਓ ਸੁੱਖਾ 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 ਇੱਥੇ ਰੱਖ ਕੀਤੀ ਆ ਕਮਾਲ ਆ ਦੇਖ ਖਿੱਚਾ ਤੁਸੀਂ ਜਾਰੀ ਮੁਕਾਬਲਾ ਸਖਤ ਪਾਤਾ ਰੇਡਰ ਨੂੰ ਵਕਤ ਉੱਡ ਗਈ ਧੂੜ ਪਾਤਾ ਜੂੜ ਆ ਨਿਆਣਾ ਪਾਤਾ ਸਿਆਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਅੜਬ ਢਾਂਡੀ ਨੂੰ ਨਿਆਣਾ ਪੈ ਜੇ ਫਿਰ ਸਾਰਾ ਟੱਬਰ ਦੁੱਧ ਪੀ ਲੈਂਦਾ ਆ ਲਾਇਆ ਹੋਇਆ ਜੱਫਾ ਖੇਡ ਗਰਾਊਂਡ ਵਿੱਚ ਚੱਲ ਵੀ ਨੌਜਵਾਨਾਂ ਨਾਨਕ ਤੇ ਸੱਚੀ ਗੱਲ ਦੱਸਾਂ ਨਸ਼ੇ ਬੜੇ ਮਾੜੇ ਮਿੱਤਰੋ ਘਰਾਂ ਵਿੱਚ ਪਾਉਂਦੇ ਆ ਪਵਾ ਦੇ ਮਿੱਤਰੋ ਦੁੱਧ ਕਿਉਂ ਦੇ ਸ਼ੌਂਕੀ ਵੈਰੀ ਹਾਂ ਸ਼ਰਾਬ ਦੇ ਖੇਡਣ ਕਬੱਡੀ ਗੱਭਰੂ ਪੰਜਾਬ ਦੇ ਖੇਡਣ ਕਬੱਡੀ ਗੱਭਰੂ ਪੰਜਾਬ ਦੇ ਹੈਲੋ 20 ਰੁਪਏ ਅਜੀਤ ਸਿੰਘ ਜੀ ਮੈਂਬਰ ਪੰਚਾਇਤ ਹੋਰ ਮਾਨ ਕਰਦੇ ਬਹੁਤ ਧੰਨਵਾਦ ਵਾਹ ਹਾਫ ਟਾਈਮ ਇਸ ਮੁਕਾਬਲੇ ਦਾ ਹੋਇਆ ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਜਲਦੀ ਖੇਡ ਗਰਾਊਂਡ ਵਿੱਚ ਆ ਜਾਓ ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਗਰਾਊਂਡ ਵਿੱਚ ਆ ਜਾਣ ਬਹੁਤ ਸ਼ਾਨਦਾਰ ਮੁਕਾਬਲੇ ਜਿਹੜਾ ਇਹਨਾਂ ਖੇਡ ਗਰਾਊਂਡਾਂ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਜਲਦੀ ਖੇਡ ਗਰਾਊਂਡ ਤੋਂ ਦਰਸ਼ਕਾਂ ਦਾ ਇਕੱਠ ਜੁੜਦਾ ਜਾ ਰਿਹਾ ਇਹਨਾਂ ਖੇਡਾਂ ਨੂੰ ਦੇਖਣ ਦੇ ਲਈ ਅਸੀਂ ਵੱਡਾ ਧੰਨਵਾਦ ਕਰਾਂਗੇ ਪਹੁੰਚ ਰਹੇ ਦਰਸ਼ਕ ਵੀਰਾਂ ਦਾ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਕਬੱਡੀ ਦੇ ਆਸ ਕਬੱਡੀ ਦੇ ਸਰੋਤੇ ਅਸੀਂ ਪਹੁੰਚੇ ਹੋਏ ਦਰਸ਼ਕਾਂ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗੇ ਉੱਥੇ ਨਾਲ ਧੰਨਵਾਦ ਕਰਦੇ ਹਾਂ ਪਾਣੀ ਵਾਲੇ ਸੱਜਣਾ ਦਾ ਉਧਰ ਬਾਬਾ ਜੀ ਸੁੰਦਰ ਜੀ ਹਰਦਾਸੇ ਤੋਂ ਉਧਰ ਸੇਖੋ ਕੰਡਿਆਲ ਤੋਂ ਉਹਨਾਂ ਦੇ ਨਾਲ ਹੋਰ ਸੱਜਣ ਪਹੁੰਚੇ ਹੈ ਜਿਹੜੇ ਭਾਈ ਘਨੱਈਆ ਵਾਲੇ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹੈ ਲਓ ਖੇਡ ਗਰਾਊਂਡ ਦੇ ਵਿੱਚ ਪਾਈ ਹੋਈ ਰੇਡ ਉਧਰ ਸੋਨੀ ਢਿੱਲੋਂ ਆਖਦਾ ਹੈ ਕਿ ਜੇ ਬਾਬਾ ਜੱਫਾ ਲਾਉਂਦਾ ਉਹਨੇ 50 ਦੇ ਨੋਟ ਲਾਓ ਖੀਰਾ ਆ ਖੀਰਾ ਜੱਟ ਕੱਢੀ ਜਾਂਦਾ ਵੱਟ ਫਿਰ ਭਰ ਲਿਆ ਹੈ ਪੱਟ ਔਰ ਪੁਆਇੰਟ ਜਿਹੜਾ ਇਸ ਸਮੇਂ ਸਟੋਪਰਾਂ ਦੇ ਖਾਤੇ ਜੁੜਦਾ ਆ ਸਟੋਪਰਾਂ ਦੇ ਖਾਤੇ ਆ ਕਹਿੰਦੇ ਬੜਾ ਲੰਮਾ ਸਮਾਂ ਹੋ ਗਿਆ ਖੀਰੇ ਨੂੰ ਵਜਨੀ ਕਬੱਡੀ ਖੇਡਦੇ ਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਦਾਰਾ ਸਿੰਘ ਜੀ ਖਾਲਸਾ ਜੀਤ ਸਿੰਘ ਜੀ ਮੈਂਬਰ 10-10 ਰੁਪਏ ਮਾਨ ਕਰਦੇ ਖੀਰੇ ਦਾ ਬਹੁਤ ਧੰਨਵਾਦ
ਬਹੁਤ ਧੰਨਵਾਦ। ਕਹਿੰਦੇ ਬੂੰਦ ਬੂੰਦ ਦੇ ਨਾਲ ਤਲਾਬ ਭਰ ਜਾਂਦਾ ਹੈ। ਵੱਡੇ ਮਾਨ ਦਿੱਤੇ ਇਸ ਖਿਡਾਰੀ ਨੂੰ, ਉਧਰਲੇ ਪਾਸੇ ਨਹਿਰੀ ਸਾਂ ਕਿ ਅੰਨ ਧਨ ਦੀ ਤੋਟ ਰਹੇ ਨਾ ਭਰਦੇ ਰਹਿਣ ਭੰਡਾਰੇ, ਕੁੜੀਆਂ ਚਿੜੀਆਂ ਮੰਗਲ ਗਾਵਣ ਲਾਉਣ ਪਵਿੱਛਰ ਖਾੜੇ, ਕਿਸੇ ਚੀਜ਼ ਦੀ ਤੋਟ ਰਹੇ ਨਾ ਜੇ ਤੂੰ ਬਖਸ਼ੇ ਵਧਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ, ਮਿਲਦੀਆਂ ਰਹਿਣ ਵਧਾਈਆਂ। ਅੱਜ ਵਧਾਈਆਂ ਜੱਜ ਸਿੰਘ ਵਾਲ ਦੇ ਸਮੁੱਚੇ ਨਗਰ ਨੂੰ ਮਿਲ ਰਹੀਆਂ। ਲਓ ਬਾਬਾ ਇੱਥੇ ਰੱਖ, ਜਗਤ ਸਿੰਘ ਵਾਲੇ ਨੇ ਅੱਜ ਫੇਰ ਪੁਰਾਣੇ ਹਥਿਆਰ ਚੱਕੇ ਹੈ। ਲਓ ਹੱਥ ਛੱਡਵੀਆਂ ਕੈਂਚੀਆਂ ਬਾਬਾ ਮਾਰਦਾ, ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ। ਅਗਲੀ ਰੇਡ ਖੇਡ ਗਰਾਊਂਡ ਦੇ ਉੱਤੇ ਨਾਨਕ, ਉਹ ਦੇਖੋ ਰਾਮਪੁਰੇ ਦੀ ਧਰਤੀ ਦਾ ਇਸ ਖਿਡਾਰੀ ਦਾ ਵੀ ਆਪਾਂ ਮਾਣ ਸਨਮਾਨ ਕਰਨਾ ਹੈ, ਇਸ ਰੇਡਰ ਦਾ ਵੀ ਦੋਸਤੋ ਆਪਾਂ ਮਾਣ ਸਨਮਾਨ ਕਰਨਾ ਹੈ। ਲਓ ਅਗਲੀ ਰੇਡ ਖੇਡ ਗਰਾਊਂਡ ਦੇ ਵਿੱਚ ਗੱਭਰੂ ਅੱਗੇ ਵਾਧਾ ਹੋਇਆ, ਬੋਲਿਆ ਹੋਇਆ ਤਾਵਾ 10 ਰੁਪਏ ਦਾਰਾ ਸਿੰਘ ਜੀ ਖਾਲਸਾ, ਨਾਨਕ ਦੇ ਲਈ ਨਾਮ ਆਇਆ, ਬਹੁਤ ਬਹੁਤ ਧੰਨਵਾਦ। 10 ਰੁਪਏ ਅਜੀਤ ਸਿੰਘ ਜੀ ਮੈਂਬਰ, 10 ਰੁਪਏ ਗੁਰਪ੍ਰੀਤ ਸਿੰਘ ਜੀ ਸੈਕਟਰੀ। ਗੁੱਡੀ ਸੰਗਤ ਤੇ ਜਗ ਸਿੰਘ ਵਾਲ ਦਾ ਮੁਕਾਬਲਾ ਚੱਲ ਰਿਹਾ ਹੈ। ਇਹਦੇ ਸਟਾਰ ਜੀਤੋ ਸਟੂਡੀਓ ਜੰਡ ਸਾਹਿਬ ਵੱਡਾ ਧੰਨਵਾਦ ਹੈ। ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਦਾ ਮੁਕਾਬਲਾ ਹੋਣਾ ਹੈ, ਇਹ ਟੀਮਾਂ ਵੀ ਆਪਣੇ ਆਪ ਨੂੰ ਵਾਰਮ ਅਪ ਰੱਖਣ। ਅਗਲਾ ਮੈਚ ਡਗਰੂ ਤੇ ਗੁਰੂ ਸਰ ਦੀਆਂ ਟੀਮਾਂ ਦਾ, ਉਹ ਦੇਖੋ ਪਾਈ ਹੋਈ ਰੇਡ ਖੇਡ ਗਰਾਊਂਡ ਦੇ ਵਿੱਚ, ਨਹਿਰੀ ਸਾਂ ਕਾਲੀ ਗੁੜੀ ਸੰਗਰ ਦਾ ਹੁਣ ਗੱਲ ਕਸੂਤੀ ਹੈ। ਲਾਲ ਕੱਛੇ ਵਿੱਚ ਭਰੀ ਗਈ ਬਗਲ ਕੇ ਲਾਲ ਬੱਤੀ ਹੋ ਗਈ ਗੱਡੀ ਰੋਕ ਲੈ ਨਿਰੰਜਣਾ, ਮੈਨੂੰ ਲੱਗਦਾ ਵੀ ਗੱਡੀ ਕੱਚਾ ਧੂਆਂ ਮਾਰ ਕੇ ਬੰਦ ਹੋਣ ਲੱਗੀ ਆ, ਫਿਰ ਮਾਰ ਦੋ ਤਾੜੀਆਂ ਨਹਿਰੀ ਸਾਂ, ਨਹਿਰੀ ਸਾਂ ਇੱਥੇ ਰੱਖ ਕੇ ਕਾਤੋ ਕਰਦਾ ਬੌੜੀ ਬੌੜੀ, ਪਤਾ ਲੱਗ ਜੀ ਦੇ ਕੁੱਕੜ ਵਾਂਗੂ ਫੜ ਕੇ ਧੌਣ ਮਰੋੜੀ। ਆ ਮੋਟਾ ਨੌਜਵਾਨ ਨੇ ਆ ਕਾਲੀ ਗੁੜੀ ਸੰਗਰ ਦਾ, ਖੇਡ ਗਰਾਊਂਡ ਵਿੱਚ ਛੋਟ ਨਾਮ ਹੈ ਸਾਂਭਿਆ ਹੋਇਆ ਸਰੀਰ ਇਸ ਨੌਜਵਾਨ ਖਿਡਾਰੀ ਦਾ। ਲਓ ਵਾਧਾ ਹੋਇਆ ਅੱਗੇ ਕਿ ਆ ਗਏ ਨੇ ਖਿਡਾਰੀ, ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰ, ਉਹ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜ਼ੋਰ ਤੋਟੀ ਅੱਡੀ ਦਾ, ਕੌਡੀ ਤੋਂ ਹੀਰਾ ਬਾਂਜੂ ਜੀ ਨੂੰ ਲੱਗ ਗਿਆ ਇਸ ਕਬੱਡੀ ਦਾ। ਉਧਰ ਕਹਿੰਦੇ ਲਓ ਖੀਰਾ 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 ਖੀਰਾ, ਇੱਥੇ ਰੱਖ ਖੀਰਾ ਤੇ ਜੋਤ ਜੋਤ ਤੇ ਖੀਰਾ, ਖਿੱਚਾ ਤੁਸੀਂ ਜਾਰੀ ਹੈ ਪਰ ਪੁਆਇੰਟ ਧਾਵੀ ਦਾ। ਕਲੱਬ ਨੇ 50 ਰੁਪਏ ਗੁੜੀ ਸੰਗਰ ਦੇ ਲਈ ਨਾਮ ਆਇਆ, ਬਹੁਤ ਧੰਨਵਾਦ ਕਲੱਬ ਦਾ। ਬਹੁਤ ਧੰਨਵਾਦ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਦਾ, ਜਿਨ੍ਹਾਂ ਨੇ ਗੁੜੀ ਸਿੰਗਰ ਦੀ ਟੀਮ ਦੇ ਲਈ 50 ਦਾ ਵੱਡਾ ਮਾਣ ਕੀਤਾ ਹੈ, ਵੱਡਾ ਧੰਨਵਾਦ ਹੈ। ਬ੍ਰਹਮ ਗਿਆਨੀ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਜਗਤ ਸਿੰਘ ਵਾਲ ਦੀ ਧਰਤੀ ਤੇ ਲੱਗੀਆਂ ਰੌਣਕਾਂ। ਲਓ ਉਹੀ ਕਾਲੀ ਤੇ ਨਾਨਕ, ਨਾਨਕ ਤੇ ਕਾਲੀ, ਆ ਆਉਂਦਾ ਨੌਜਵਾਨ ਪੁੱਠ ਪੈਰਾ ਭੱਜਿਆ, ਇਹ ਹੈ ਨਾਨਕ ਰਾਮਪੁਰੇ ਦੀ ਧਰਤੀ ਦਾ, ਜਿਸ ਧਰਤੀ ਤੇ ਲੰਬੀਆਂ ਜੀਪਾਂ ਦਿੱਤੀਆਂ ਗਈਆਂ, ਖਿਡਾਰੀਆਂ ਨੂੰ ਵੱਡੇ ਮਾਣ ਦਿੱਤੇ ਗਏ, ਉਹ ਧਰਤੀ ਹੈ ਰਾਮਪੁਰਾ, ਜਿਸ ਪਿੰਡ ਦਾ ਰਿੱਕੀ ਸਿੱਧੂ ਉਹਦਾ ਖੇਡ ਪ੍ਰਮੋਟਰ ਹੈ। ਲਓ ਅਗਲੀ ਰੇਡ ਖੇਡ ਗਰਾਊਂਡ ਦੇ ਵਿੱਚ ਜੋਤ ਅੱਗੇ ਵੱਧਦਾ ਹੈ। ਗੁਰਭੇਜ ਤੇ ਸਾਡੇ ਗੁਰਦਾਸ ਪ੍ਰਧਾਨ ਜੀ ਵੱਡੇ ਮਾਨ, ਦੋਵੇਂ ਟੀਮਾਂ ਦੇ ਲਈ 50-50 ਰੁਪਏ ਦੇ ਭੇਜਦੇ ਹੈ, ਵੱਡਾ ਧੰਨਵਾਦ ਹੈ ਸਾਡੇ ਬਹੁਤ ਸਤਿਕਾਰਯੋਗ ਗੁਰਦਾਸ ਢਿੱਲੋਂ ਕਲੱਬ ਪ੍ਰਧਾਨ, ਉੱਥੇ ਸਾਡੇ ਵੀਰ ਗੁਰਭੇਜ ਜੀ, ਵੱਡਾ ਧੰਨਵਾਦ ਹੈ ਇਹਨਾਂ ਵੀਰਾਂ ਦਾ ਜੋ ਇਹਨਾਂ ਟੀਮਾਂ ਦੇ ਲਈ ਵੱਡੇ ਮਾਨ ਭੇਜਦੇ ਹੈ। ਲਓ ਆਈ ਹੋਈ ਰੇਡ ਖੇਡ ਗਰਾਊਂਡ ਦੇ ਉੱਤੇ, ਨੌਜਵਾਨ ਵਧਿਆ ਹੋਇਆ ਅੱਗੇ, ਇਹ ਹੈ ਗੋਤੀ ਜਗਤ ਸਿੰਘ ਵਾਲੇ ਦਾ ਕਿ ਚੱਲ ਛਿੰਦਿਆ ਚੱਲ ਜੱਗਿਆ, ਖੇਡ ਮੇਲਾ ਪਿੰਡ ਜਗਤ ਸਿੰਘ ਵਾਲ ਦੀ ਧਰਤੀ ਤੇ ਹੈ ਲੱਗਿਆ, ਜਿੱਥੇ ਇੱਕ ਜਿੱਤਦੀ ਇੱਕ ਢਹਿੰਦੀ ਹੈ, ਤੂੰ ਵੀ ਚੱਲ ਕੇ ਦੇਖ ਲੈ ਕਬੱਡੀ ਤੇ ਕਬੱਡੀ ਪੈਂਦੀ ਆ। ਲਓ ਉਧਰਲੇ ਪਾਸੇ ਕਾਲੂ ਗੁੜੀ ਸੰਗਰ ਦਾ ਕਰਦਾ ਸੀ ਟਰਾਈ, ਪਰ ਆ ਆਉਂਦਾ ਗੋਤੀ ਲੰਮੇ ਕਦਮਾਂ ਦੇ ਨਾਲ, ਛੋਲੇ ਕਦਮਾਂ ਦੇ ਨਾਲ ਅੱਗੇ ਵੱਧਦਾ ਹੈ। ਅਗਲੀ ਰੇਡ ਪਤਲਾ ਸਰੀਰ ਨੌਜਵਾਨ ਦਾ, ਲਓ ਚੱਲਿਆ ਕਬੱਡੀ ਪਾਉਣ, ਲੈ ਵੀ ਹੈਪੀ ਸਾਂ, ਲੈ ਵੀ ਸੁੱਖਿਆ, ਲੈ ਵੀ ਬਾਬਿਆ, ਕਰ ਵੱਖਰੀ ਗੱਲ, ਉਹ ਦੇਖੋ ਹੈਪੀ ਨਹਿਰੀ ਸਾਂ। ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਸਖਤ, ਪਰ ਪੁਆਇੰਟ ਪੁਆਇੰਟ ਦੇਖੋ ਕਿੱਧਰ ਨੂੰ ਜਾਂਦਾ ਹੈ, ਕਿੱਧਰ ਨੂੰ ਜਾਂਦਾ ਹੈ, ਪੁਆਇੰਟ ਟ੍ਰੇਡਰ ਦੇ ਖਾਤੇ ਹੈ, ਪੁਆਇੰਟ ਧਾਵੀ ਦੇ ਖਾਤੇ ਹੈ, ਕਿ ਚੱਲੋ ਨੀ ਸਹੀ ਹੋ, ਚੱਲੋ ਉੱਥੋਂ ਜਿੱਥੇ ਪੈਂਦੀਆਂ ਕੌੜ ਕਬੱਡੀਆਂ ਨੇ, ਕਈ ਵਿੱਚ ਨਸ਼ੇ ਦੇ ਮਾਂ ਨੇਡਾ, ਕਈਆਂ ਹੱਥ ਛੱਡੀਆਂ ਕੈਂਚੀਆਂ ਛੱਡੀਆਂ ਨੇ, ਬਲਹਾਰੇ ਜਮਾਂ ਖਿਡਾਰੀ ਵੀਰਾਂ ਦੇ ਜਿਹੜੇ ਮੱਲਾਂ ਮਾਰਦੇ ਵੱਡੀਆਂ ਨੇ, ਸਦਕੇ ਜਮਾਂ ਖਿਡਾਰੀ ਵੀਰਾਂ ਦੇ ਜਿਹੜੇ ਮੁਫਤ ਬਣਾਉਂਦੇ ਹੱਡੀਆਂ ਨੇ, ਜਿਹੜੇ ਮੁਫਤ ਬਣਾਉਂਦੇ ਹੱਡੀਆਂ ਨੇ। ਲਓ ਇੱਕ ਪਾਸੇ ਨਾਨਕ ਰਾਮਪੁਰੇ ਦਾ, ਆ ਦੇਖੋ ਅੱਜ ਜਗਤ ਸਿੰਘ ਵਾਲ ਦਾ ਪੁੱਤ ਬਣ ਖੇਡਦਾ ਹੈ, ਕਿੱਥੋਂ ਤੱਕ ਜਗਤ ਸਿੰਘ ਵਾਲ ਦੀ ਟੀਮ ਨੂੰ
ਨੂੰ ਲੈ ਕੇ ਜਾਂਦਾ ਹੈ। ਇਹ ਸਮੇਂ ਦੀਆਂ ਬਾਤਾਂ ਹੋਣਗੀਆਂ, ਸਮੇਂ ਦੀਆਂ ਬਾਤਾਂ ਹੋਣਗੀਆਂ। 75 ਕਿਲੋ ਜੰਡ ਸਾਹਿਬ ਕੰਡੇ ਦੇ ਪਹੁੰਚ ਜਾਓ, ਜੰਡ ਸਾਹਿਬ ਦੀ ਟੀਮ ਕੰਡੇ ਕੋਲੇ ਪਹੁੰਚ ਜਾਓ। 75 ਕਿਲੋ ਕੋਈ ਟੀਮ ਆਈ ਦਾ ਨਾਂ ਐਂਟਰ ਕਰਾ ਜਾਓ, ਐਂਟਰੀਆਂ ਬੰਦ ਕਰ ਲੱਗੇ ਬਈ। ਸੋਨੀ ਢਿੱਲੋਂ ਆਖਦਾ ਵੀ ਦੋਵੇਂ ਟੀਮਾਂ ਦੇ ਲਈ 100-100 ਰੁਪਏ ਦੇ ਵੱਡੇ ਮਾਣ ਹੈ ਕਿ ਢਿੱਲੋਂ ਪਹਿਲ ਪਟਾਕੇ ਗੋਲੀ ਚੱਲਦੀ ਰਹਿੰਦੀ ਹੈ। ਲਓ ਬਾਬਾ ਬਾਬਾ ਲੈ ਵੀ ਸੋਨੀ ਢਿੱਲੋਂ ਕਰ ਲਾ ਜੇਬਾਂ ਢਿੱਲੀਆਂ, ਆਓ ਦੇਖ ਮਾਰ ਦੋ ਤਾੜੀਆਂ। ਇੱਥੇ ਰੱਖ ਪੰਜਾਬ ਆਏ ਬਿਜਲੀ ਬੋਰਡ ਦੇ ਕਰੰਟਰ ਗਾ, ਇੱਥੇ ਰੱਖ। ਵਾਹ ਵਾਹ ਮੇਰੀ ਸਰ। 20 ਰੁਪਏ ਗੁਰਦੇਵ ਸਿੰਘ ਜੀ ਠੱਠੀ ਵਾਲਾ ਸਾਬਕਾ ਪ੍ਰਧਾਨ, 20 ਰੁਪਏ ਅਜੀਤ ਸਿੰਘ ਜੀ ਮੈਂਬਰ ਪੰਚਾਇਤ, 20 ਰੁਪਏ ਗੁਰਪ੍ਰੀਤ ਸਿੰਘ ਜੀ ਕਲੇਰ ਸਾਬਕਾ ਖਜ਼ਾਨਾ। ਵਾਹ ਉਧਰ ਵੱਡੇ ਮਾਨ ਸਾਡੇ ਵੀਰਾਂ ਵੱਲੋਂ ਆਇਆ ਹੈ ਇਸ ਖਿਡਾਰੀ ਦੇ ਲਈ। ਆਓ ਦੇਖ ਆਉਂਦਾ ਨੌਜਵਾਨ ਧੂੜਾ ਪੜਦਾ ਗੋਪੀ ਡਗਲੂ ਤੇ ਗੁਰੂਸਰ ਦੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਰੱਖੋ। ਡਗਲੂ ਤੇ ਗੁਰੂਸਰ ਤੇ ਤੜਕੇ ਉੱਠ ਕੇ ਮਿੱਤਰੋ ਡੰਡ ਲਾਉਣੇ ਪੈਂਦੇ ਨੇ, ਤੜਕੇ ਉੱਠ ਕੇ ਮਿੱਤਰੋ ਡੰਡ ਲਾਉਣੇ ਪੈਂਦੇ ਨੇ, ਬਦਾਮ ਸਮਝ ਕੇ ਛੋਲੇ ਨਿੱਤ ਚਬਾਉਣੇ ਪੈਂਦੇ ਨੇ, ਬੱਛੋ ਆਣੀਆਂ ਹਾਜ਼ਰੀ ਭਰਨੀ ਪੈਂਦੀ ਰੋੜਾਂ ਵਾਲੇ ਮਕਾਨ ਦੀ, ਤਾਂ ਹੀ ਪਿੰਡ ਪਿੰਡ ਚਰਚਾ ਹੁੰਦੀ ਸ਼ੇਰ ਜਿੰਨੀ ਜਾਣਦੀ, ਤਾਂ ਹੀ ਪਿੰਡ ਪਿੰਡ ਚਰਚਾ ਹੁੰਦੀ ਸ਼ੇਰ ਜਿੰਨੀ ਜਾਣਦੀ। ਵਾਕਈ ਕਹਿੰਦੇ ਜਾਣ ਲੱਗਦੀ ਇਹਨਾਂ ਖੇਡ ਗਰਾਊਂਡਾਂ ਵਿੱਚ ਚਰਚਾ ਹੁੰਦੀ ਹੈ, ਪਿੰਡਾਂ ਦੇ ਮੋੜਾਂ ਤੇ ਵੱਖ ਵੱਖ ਪਿੰਡਾਂ ਵਿੱਚ ਚਰਚਾ ਹੁੰਦੀ ਹੈ। ਲਓ ਪੁਆਇੰਟ ਧਾਵੀ ਦਾ, ਇੱਕ ਪਾਸੇ ਗੁਰਮੁਖ ਸੋਢੀ ਵਾਲਾ ਅਸ਼ੋਕ ਜੈਤੋ, ਵੱਡਾ ਧੰਨਵਾਦ ਹੈ ਅੰਪਾਇਰ ਵੀਰਾਂ ਦਾ, ਉੱਥੇ ਜੀਤ ਖੇਡੇ ਕਲਾਂ ਰਣਜੀਤ ਖੇਡੇ ਕਲਾਂ, ਉੱਥੇ ਨਾਲ ਕੌਰ ਮਚਾਕੀ ਮੱਲ ਸਿੰਘ ਵਾਲਾ ਵੱਡਾ ਧੰਨਵਾਦ ਹੈ, ਸੁਖਵਿੰਦਰ ਫਿੱਡੇ ਕਲਾਂ ਜਿਹੜੇ ਬਤੌਰ ਸੇਵਾਵਾਂ ਦੇ ਰਹੇ ਹੈ, ਨਵਦੀਪ ਲੌਡੀ ਖਾਨਾ ਵੱਡਾ ਧੰਨਵਾਦ ਹੈ। ਲਓ ਉਧਰਲੇ ਪਾਸੇ ਪਾਈ ਹੋਈ ਰੇਡ, ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਖੀਰੇ ਦੇ ਨਾਲ ਹੈ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਤਿੰਨੋ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੀਜਾ ਮਾਪੇ, ਤਿੰਨੋ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੀਜਾ ਮਾਪੇ। ਲਓ ਪਾਈ ਹੋਈ ਰੇਡ ਖੇਡ ਗਰਾਊਂਡ ਦੇ ਵਿੱਚ ਵਧਿਆ ਹੋਇਆ ਅੱਗੇ, ਉਧਰ ਕਹਿੰਦੇ ਤਿੰਨ ਸਟਾਪਰਾਂ ਦੀ ਕੀ ਵਿਉਂਤਬੰਦੀ ਬਣਾਈ ਹੋਈ ਹੈ। ਉਹ ਗੋਪੀ ਗੋਪੀ ਜਗ ਸਿੰਘ ਵਾਲੇ ਦਾ ਕਹਿੰਦਾ ਹਰਜਾ ਪਿੱਛੇ ਹਰਜਾ ਪਿੱਛੇ ਆਉਂਦਾ ਗੰਮੂ ਪੁਆਇੰਟ ਲੈ ਕੇ। ਇਸੇ ਨਾਲ ਮੈਂ ਸਮਾਪਤ ਹੈ, ਤਾੜੀ ਮਾਰ ਦੋ, ਜਗ ਸਿੰਘ ਵਾਲ ਦੀ ਟੀਮ ਜਿੱਤ ਰਹੀ ਹੈ। ਡਾਕਟਰ ਮਲਕੀਤ ਖੁਸ਼ ਹੋਇਆ ਹੈ ਕਿ ਜਗ ਸਿੰਘ ਵਾਲ ਦੀ ਟੀਮ ਜਿਹੜੀ ਜਿੱਤ ਰਹੀ ਹੈ। ਦੋਵੇਂ ਟੀਮਾਂ ਆ ਕੇ ਮੈਥੋਂ ਆਪਣੇ ਪੈਸੇ ਲੈ ਜਾਓ, ਦੋਵੇਂ ਟੀਮਾਂ ਡਗਰੂ ਤੇ ਗੁਰੂਸਰ ਦੀਆਂ ਟੀਮਾਂ ਦਾ ਇਹ ਮੁਕਾਬਲਾ ਖੇਡ ਗਰਾਊਂਡ ਵਿੱਚ। ਡਗਰੂ ਤੇ ਗੁਰੂਸਰ ਦੀਆਂ ਟੀਮਾਂ ਦਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਵਿੱਚ ਤੁਸੀਂ ਦੇਖਣ ਜਾ ਰਹੇ ਹੋ। ਇੱਕ ਵਾਰ ਫੇਰ ਵੱਡਾ ਧੰਨਵਾਦ ਸਾਡੇ ਗੁਰਦਾਸ ਸਿੰਘ ਜੀ ਢਿੱਲੋਂ ਕਲੱਬ ਪ੍ਰਧਾਨ, ਗੁਰਭੇਜ ਕਲੇਰ ਖਜ਼ਾਨਚੀ, ਗੁਰਵਿੰਦਰ ਸਰਾ ਮੀਤ ਪ੍ਰਧਾਨ, ਬਲਜਾਰ ਸਿੰਘ ਜੀ ਸਹਿ ਖਜ਼ਾਨਚੀ, ਵੱਡਾ ਧੰਨਵਾਦ ਹੈ ਇਹਨਾਂ ਵੀਰਾਂ ਦਾ। ਉੱਥੇ ਗੁਰਵਿੰਦਰ ਜੀ ਸਰਾ ਮੀਤ ਪ੍ਰਧਾਨ, ਉੱਥੇ ਨਾਲ ਸਾਡੇ ਗੁਰਤੇਜ ਕਲੇਰ ਜੀ ਖਜ਼ਾਨਚੀ, ਬਲਜਾਰ ਧਾਲੀਵਾਲ, ਹਰਜਿੰਦਰ ਸਿੰਘ ਜੀ ਗਿੱਲ ਸਾਡੇ ਖਾਲਸਾ ਜੀ, ਹਰਜਿੰਦਰ ਸਿੰਘ ਜੀ ਬੋਪਾ ਰਾਏ, ਗੁਰਮੀਤ ਢਿੱਲੋਂ, ਬੇਅੰਤ ਗਿੱਲ, ਪ੍ਰਗਟ ਸਰਾ, ਅੰਗਰੇਜ਼ ਭੋਂਦੜ, ਗੁਰਪ੍ਰੀਤ ਕਲੇਰ ਸਾਡਾ ਵੀਰ ਸਾਬਕਾ ਖਜ਼ਾਨਚੀ ਹੈ, ਨਾਲ ਧਰਮਿੰਦਰ ਮੈਂਬਰ, ਸਤਪਾਲ ਮੈਂਬਰ, ਗੁਰਪ੍ਰੀਤ ਢਿੱਲੋਂ ਸਾਬਕਾ ਪ੍ਰਧਾਨ, ਰੁਪਿੰਦਰ ਕਲੇਰ ਸਰਬਜੀਤ ਸਰਾ ਮੈਂਬਰ ਹੈ, ਕੇਵਲ ਮੈਂਬਰ ਹੈ, ਜਗਜੀਤ ਸਿੰਘ ਜੀ ਬਰਾੜ ਜਿਹੜੇ ਮੈਂਬਰ ਪੰਚਾਇਤ ਹੈ, ਨਾਲ ਸਾਬਕਾ ਮੀਤ ਪ੍ਰਧਾਨ ਨੇ, ਬੂਟਾ ਸਿੰਘ ਜੀ ਬਰਾੜ ਮੈਂਬਰ ਨੇ, ਗੁਰਤੇਜ ਸਿੰਘ ਜੀ ਚੀਮਾ ਸਾਡਾ ਵੀਰ ਸਾਬਕਾ ਪ੍ਰਧਾਨ ਹੈ, ਸੁਖਜਿੰਦਰ ਸਿੰਘ ਜੀ ਗਿੱਲ ਸੀਨੀਅਰ ਮੀਤ ਪ੍ਰਧਾਨ, ਉੱਥੇ ਮਹਿੰਦਰ ਸਿੰਘ ਜੀ ਖਾਲਸਾ ਜਿਹੜੇ ਉੱਧਰ ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਹੈ, ਇਹਨਾਂ ਦਾ ਵੀ ਵੱਡਾ ਧੰਨਵਾਦ ਹੈ। ਡਗਰੂ ਤੇ ਗੁਰੂਸਰ ਦੀਆਂ ਟੀਮਾਂ ਦਾ ਮੁਕਾਬਲਾ,
उधर गुरु का लंगर जेड़ा अटुट वरत रहे जिन्हां सज्जना ने लंगर छकना लंगर छक सकते हो वड्डा धन्नवाद समुची ग्राम पंचायत वालों असी करांगे बड़िया मानजोग शखसीयतां दा पहला साइडां दस देवां गुरु सर की टीम दोस्तों जिहड़ी आ गई है यह टीम स्टेज वाले पासे गुरु सर की टीम है डगरू की टीम जी चली गई है यह टीम पिंड वाले पासे डगरू की टीम है जिथे असी वड्डा धन्नवाद करते हैं बहुत वड्डी शख्सियत है सरदार कमरजीत सिंह जी रोजी बरकंदी हलका इंचार्ज श्री मुक्तसर साहब जिन्होंने अपने कीमती समय दे समा कढ़िया कल कहिंदे भरमी हाजरी लवाई सी उत्थे समुची ग्राम पंचायत दे साडे अहुदेदार सज्जन जिथे हरपिंदर सिंह जी पंच जानकारी दे के वादा करते हैं आख रहे हैं कि कल बरकंदी साहब ने ऐलान किया कि 5 लाख रुपया जिहड़ा स्टेडियम वास्ते है इस ग्राम पंचायत नूं वड्डे मान दित्ते इक जोरदार ताड़ी मार दो 5 लाख रुपये की जिहड़ी राशि इस क्लब नूं और ग्राम पंचायत नूं दित्ती है देनी है वड्डा धन्नवाद ऐलान करके गए हैं कल रोजी बरकंदी जी जिथे अज दे मुख मेहमान होणगे बहुत सत्कारयोग श्रोमणी अकाली दल ने भी वड्डी शख्सियत है गुरवीर काकू जी सिरवाली तो कौमी मीत प्रधान है श्रोमणी अकाली दल दे वह अज विशेष तौर पर पुजणगे उत्थे नाल मनप्रीत प्रिय जी वह भी पुज रहे हैं उन्ती तरीक ढीमा वाली दे कबड्डी कप की गल होनी है जिथे पंजाब कबड्डी एसोसीएशन के बैनर हेठ 8 चोटी दी अकैडमिया के मुकाबले होणगे खुले सदे दिते जा रहे 29 तरीक नूं ढीमा वाली दे कबड्डी कप के दोस्तों मेल होणगे हेलो पानी वाले सेवादार जिन्हां दी टैंकी ते ड्यूटी आ सेवादार स्टेज कोल आया ना खिंदी सेवादार उधर जिथे वेट हो रहा उथे पहुंच जाए खिंदी उपर स्टेज उपर पुजे खिंदी वादिया ते बैबल कलां दी टीमां तैयारी खेतलन वादिया ते बैबल कलां उधर कहिंदे आ देखो चलिया भी पिंड दा जिथे मैंबर पंचायत है दा मैंबर है ये नौजवान खेड ग्राउंड विच आ गुरप्रीत सांझा पत्तो दी धरती दा ए पत्तो दा शकीन देखो हिल दी जमीन आंदा गुरप्रीत सांझा जिथे कहिंदे मैंबर पंचायत का यह नौजवान खेड ग्राउंड धुम्मा पा रहा है चल भी नौजवान पा कबड्डी पिंड का मैंबर है सर्वसम्मति दे नाल कहिंदे वड्डे मान दित्ते इस नौजवान नूं लो जिथे खेड वधिया खिडारी वधिया उथे इंसान वधिया गुरप्रीत भीशा माशी बुदरा पिंड है लै भी गुरु सरिया कर वखरी गल खेड ग्राउंड आओ देखो गुरु सर वाले ने डकन की पूरी कोशिश की है पर समा 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 पर पॉइंट धावी का पॉइंट धावी का बहुत सोहना मुकाबला खेड ग्राउंड चलता होया कि थम्मा दे पट डौले मांग स्तीरां दे थम्मा दे पट डौले मांग स्तीरां दे पैने मित्रों लोहे जिहे शरीरां दे
ਵੇਚੇ ਪੈਣੇ ਮਿੱਤਰੋ ਲੋਹੇ ਦੇਹੇ ਸਰੀਰਾਂ ਦੇ ਅੰਨੀ ਹਿੱਕ ਵਿੱਚ ਜਾਣ ਭੇੜ ਹੋਊ ਸਾਲਾਂ ਦਾ ਮੱਛਵਾਣੀਆਂ ਕੌਡੀ ਖੇਡਣਾ ਸ਼ੌਕ ਜਵਾਨਾਂ ਦਾ ਮੱਛਵਾਣੀਆਂ ਕੌਡੀ ਖੇਡਣਾ ਸ਼ੌਕ ਜਵਾਨਾਂ ਦਾ ਵਾਦੀਆਂ ਤੇ ਬਾਬਰਕਾਂ ਦੀਆਂ ਟੀਮਾਂ ਆਪਣੇ ਆਪ ਨੂੰ ਪਿਆਰੀ ਖਿੱਤਨੇ ਦਾਨਾ ਰਮਾਣਾ ਤੇ ਜਗ ਸਿੰਘ ਵਾਲੇ ਦੀ ਗੱਲ ਹੋਣੀ ਹੈ ਦਾਨਾ ਰਮਾਣਾ ਤੇ ਜਗ ਸਿੰਘ ਵਾਲੇ ਦਾ ਬਹੁਤ ਸੋਹਣਾ ਮੁਕਾਬਲਾ ਹੋਊਗਾ ਵਾਦੀਆਂ ਤੇ ਬਾਬਰਕਾਂ ਦੀਆਂ ਟੀਮਾਂ ਐਕਸਟਰਾ ਕੋਈ ਵੀ ਸੱਜਣ ਗਰਾਊਂਡ ਦੇ ਵਿੱਚ ਨਾ ਆਵੇ ਐਕਸਟਰਾ ਕੋਈ ਵੀ ਸੱਜਣ ਗਰਾਊਂਡ ਤੇ ਨਾ ਆਵੇ ਲਓ ਆਹ ਦੇਖੋ ਆਹ ਦੇਖ ਕੇ ਦੁੱਧ ਬੁੱਲਦੇ ਪੁੱਤ ਵਿਗੜਦੇ ਬਹੁਤੀ ਦੇਰ ਨਾਲ ਆਉਂਦੇ ਨੇ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਉਹਦੇ ਬਾਬਿਆਂ ਨੂੰ ਜਵਾਨੀ ਚੇਤੇ ਆ ਰਹੀ ਹੈ ਅੱਜ ਜਗ ਸਿੰਘ ਵਾਲ ਦੇ ਖੇਡ ਗਰਾਊਂਡਾਂ ਵਿੱਚ ਲੈ ਵੀ ਜਸਵਿੰਦਰ ਕੰਨੂ ਸਰ ਅੱਜ ਪੂਰੀ ਦੁਨੀਆ ਵਿੱਚ ਅੱਜ ਦਰਸ਼ਕਾਂ ਨੇ ਖੇਡ ਗਰਾਊਂਡਾਂ ਦੇ ਨਾਲ ਜੁੜਨਾ ਕਬੱਡੀ 365.com ਦੇ ਨਾਲ ਅੱਜ ਜੁੜ ਰਹੇ ਆ ਸਾਡੇ ਪ੍ਰਵਾਸੀ ਵੀਰ ਲੱਖ ਲੱਖ ਮੁਬਾਰਕਬਾਦ ਭੇਜ ਰਹੇ ਹੈ ਸਮੁੱਚੇ ਪ੍ਰਬੰਧਕਾਂ ਨੂੰ ਕਿ ਬਹੁਤ ਸ਼ਾਨਦਾਰ ਪ੍ਰਬੰਧ ਕੀਤੇ ਹੋਏ ਹੈ ਚੱਲ ਵੀ ਨੌਜਵਾਨਾਂ ਪਾ ਕਬੱਡੀ ਆ ਚੱਲਿਆ ਨੌਜਵਾਨ ਭੀਸ਼ਾ ਬਲਜੀਤ ਸਿੰਘ ਭੀਸ਼ਾ ਅੱਗੇ ਵਾਧਾ ਹੋਇਆ ਕਿ ਦੁਨੀਆ ਜੋਰਾਂ ਦੀ ਨੀ ਕਮਜ਼ੋਰਾਂ ਦੀ ਦੁਨੀਆ ਜੋਰਾਂ ਦੀ 75 ਕਿਲੋ ਭਾਰਤੀਆਂ ਦੀ ਟਾਈਆਂ ਪਾਉਣ ਜਾ ਰਹੇ ਹਾਂ ਜੇ ਕੋਈ ਟੀਮ ਨਵੀਂ ਪਹੁੰਚੀ ਹੈ ਤਾਂ ਜਲਦੀ ਦੇ ਨਾਲ ਆਪਣੀ ਐਂਟਰੀ ਕਰਵਾਵੇ 75 ਕਿਲੋ ਦੀਆਂ ਟਾਈਆਂ ਪਾਉਣ ਜਾ ਰਹੀਆਂ ਪਲੇਅਰਾਂ ਨੂੰ ਬੇਨਤੀ ਹੈ ਬਾਈ ਜੀ ਜਲਦੀ ਦੇ ਨਾਲ ਆ ਕੇ ਆਪਣੀਆਂ ਐਂਟਰੀਆਂ ਕਰਵਾਓ 75 ਕਿਲੋ ਜਿੱਥੇ ਕੱਲ ਸ਼੍ਰੋਮਣੀ ਅਕਾਲੀ ਦਲ ਦੀਆਂ ਬੜੀਆਂ ਹਰਮਨ ਪਿਆਰੀਆਂ ਸ਼ਖਸੀਅਤਾਂ ਹਾਜ਼ਰੀ ਲਵਾ ਕੇ ਗਈਆਂ ਉੱਥੇ ਅੱਜ ਦੇ ਮੁੱਖ ਮਹਿਮਾਨ ਹੋਣਗੇ ਬਹੁਤ ਸਤਿਕਾਰਯੋਗ ਸ਼ਖਸੀਅਤ ਬਹੁਤ ਵੱਡਾ ਨਾਮ ਕਹਿੰਦੇ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਐਮਐਲਏ ਗਿੱਦੜਵਾ ਪ੍ਰਧਾਨ ਯੂਥ ਕਾਂਗਰਸ ਆਲ ਇੰਡੀਆ ਉਹ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਪੁੱਜਣਗੇ ਅੱਜ ਦੇ ਮੁੱਖ ਮਹਿਮਾਨ ਹੋਣਗੇ ਉਹਨਾਂ ਦੇ ਨਾਲ ਸਰਦਾਰ ਹਰਚਰਨ ਸਿੰਘ ਜੀ ਬਰਾੜ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਮੁੱਖ ਮਹਿਮਾਨ ਹੋਣਗੇ ਹੈਲੋ ਸ਼ਕੂਰ ਦੀ ਨੀਮ ਬਾਈ ਜੀ ਆਪਣਾ ਵਜ਼ਨ ਕਰਵਾਵੇ 75 ਕਿਲੋ ਭਾਰ ਦੀ ਜਲਦੀ ਉੱਪਰ ਵਜ਼ਨ ਹੋ ਰਿਹਾ ਸਟੇਜ ਦੇ ਉੱਪਰ ਪਲੇਅਰਾਂ ਨੂੰ ਬੇਨਤੀ ਹੈ ਬਾਈ ਜੀ ਜਲਦੀ ਜਾ ਕੇ ਆਪੋ ਆਪਣਾ ਵਜ਼ਨ ਕਰਾਓ 5 ਤੇ 6 ਤਰੀਕ ਔਲਖ ਦੀ ਧਰਤੀ ਤੇ ਸ਼ਾਨਦਾਰ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਕਬੱਡੀ 85 ਕਿਲੋ ਦੇ ਮੁਕਾਬਲੇ ਹੋਣਗੇ 3 ਖਿਡਾਰੀ ਬਾਹਰੋਂ ਖੇਡਣਗੇ ਪਹਿਲਾ ਨਾਮ 41,000 ਰੁਪਇਆ ਦੂਜਾ ਨਾਮ 31,000 ਰੁਪਇਆ ਹੈ ਕਬੱਡੀ 70 ਕਿਲੋ ਦੇ 2 ਖਿਡਾਰੀ ਬਾਹਰੋਂ ਖੇਡਣਗੇ ਔਰ 57 ਚ 1 ਖਿਡਾਰੀ ਬਾਹਰੋਂ ਖੇਡੇਗਾ ਇਹ ਇਤਿਹਾਸ ਰਚੇ ਜਾਣਗੇ 5 ਤੇ 6 ਤਰੀਕ ਨੂੰ ਔਲਖ ਦੀ ਧਰਤੀ ਤੇ ਦੇਵੀਵਾਲ ਦੇ ਲਾਗੇ 5 ਗ੍ਰਾਈਂ ਦੇ ਨੇੜੇ ਜਿਹੜਾ ਨਗਰ ਆ ਜਾਂਦਾ ਉੱਥੋਂ ਦੇ ਰਾਮ ਦਾ ਬਹੁਤ ਵੱਡਾ ਨਾਮ ਹੈ ਮੇਰੀ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਲੱਖੇ ਵਰਗੇ ਲਓ 5 ਗ੍ਰਾਈਂ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜਾਂਦਾ ਔਲਖ ਜਿੱਥੇ 5 ਤੇ 6 ਤਰੀਕ ਨੂੰ ਇਤਿਹਾਸ ਰਚੇ ਜਾਣੇ ਹੈ 29 ਤਰੀਕ ਨੂੰ ਢੀਮਾ ਵਾਲੀ ਦੇ ਕਬੱਡੀ ਕੱਪ ਤੇ ਮੇਲ ਹੋਣਗੇ 3 ਤਰੀਕ ਨੂੰ ਜੈਤੋ ਦੀ ਗੱਲ ਹੋਣੀ ਹੈ ਔਰ 8, 9 ਤੇ 10 ਤਰੀਕ ਮਾਨ ਮਰਾੜ ਦੀ ਗੱਲ ਹੋਣੀ ਹੈ ਇਸੇ ਤਰ੍ਹਾਂ ਦੋਸਤੋ 13 ਤੇ 14 ਤਰੀਕ ਮਮਾਰੇ ਦੇ ਖੇਡ ਟੂਰਨਾਮੈਂਟ ਦੀਆਂ ਗੱਲਾਂ ਹੋਣਗੀਆਂ 17 ਤਰੀਕ ਨੂੰ ਕੰਗਨ ਖੇੜੇ ਦੀ ਧਰਤੀ ਤੇ ਮੇਲ ਹੋਣਗੇ ਮੋਗਰੇ ਵਿਛੇਰੇ ਦਿੱਤੇ ਜਾਣਗੇ ਬੈਸਟ ਏਡਰ ਤੇ ਬੈਸਟ ਆਪਰ ਨੂੰ 23, 24 ਤੇ 25 ਤਰੀਕ ਰਾਮਗੜ੍ਹ ਸੰਗਰ ਰਾਜਸਥਾਨ ਦੀ ਧਰਤੀ ਤੇ ਮੇਲ ਹੋਣਗੇ ਇਧਰਲੇ ਪਾਸੇ ਪਾਈ ਹੋਈ ਰੇਡ ਖੇਡ ਗਰਾਊਂਡ ਵਿੱਚ ਗੁਰਪ੍ਰੀਤ ਸਾਂਝਾ ਪੱਤੋ ਦੀ ਧਰਤੀ ਦਾ ਕਿ ਪੱਤੋ ਕੋਲੇ ਖਾਈ ਸੁਣੀ ਦੀ ਖਾਈ ਕੋਲੇ ਦੀਨਾ ਤੈ ਮਨਮੋਲਿਆ ਵੇ ਕਬੱਡੀ ਦਾ ਸ਼ਕੀਨਾ ਹੈਲੋ ਖਿੰਦੀ ਹੈਲੋ ਖਿੰਦੀ ਕਬੱਡੀ ਖਿਡਾਰੀ ਸਟੇਜ ਦੇ ਉੱਤੇ ਆਏ ਜਿੱਥੇ ਵਾਸ ਹੁੰਦਾ ਖਿੰਦੀ ਕਬੱਡੀ ਖਿਡਾਰੀ ਸਟੇਜ ਦੇ ਉੱਪਰ ਪਹੁੰਚੇ ਲਓ ਉਧਰ ਕਬੱਡੀ ਦੇ ਦਰਿਆ ਨੂੰ ਬੰਨ ਵੱਜਿਆ ਗੁਰਪ੍ਰੀਤ ਸਾਂਝੇ ਨੂੰ ਦਫਾ ਲੱਗਿਆ ਬੜਾ ਲੰਮਾ ਸਮਾਂ ਹੋ ਗਿਆ ਇਸ ਨੌਜਵਾਨ ਨੂੰ ਖੇਡ ਗਰਾਊਂਡਾਂ ਦੇ ਨਾਲ ਜੁੜੇ ਨੂੰ ਕਿਉਂਕਿ ਵਜਨੀ ਕਬੱਡੀ ਦਾ ਸਟਾਰ ਹੈ ਗੁਰਪ੍ਰੀਤ ਸਾਂਝਾ ਪੱਤੋ ਵਾਲਾ ਲਓ ਪੱਤੋ ਪਿੰਡ ਇੱਕ ਅਜਿਹਾ ਪਿੰਡ ਹੈ ਖਿਡਾਰੀਆਂ ਦੀ ਧਰਤੀ ਸਰਦਾਰ ਸਾਧੂ ਸਿੰਘ ਬਰਾੜ ਦਾ ਬਹੁਤ ਵੱਡਾ ਨਾਮ ਹੈ ਇਧਰ ਗੁਰੂ ਸਰ ਸਰਜੀਤ ਘੱਪੇ ਨੂੰ ਦੁਨੀਆ ਜਾਣਦੀ ਹੈ ਆਹ ਦੇਖੋ ਲਾਇਆ ਹੋਇਆ ਗੁਰੂ ਸਰ ਵੱਲ ਨੇ ਜੱਫਾ ਵਾਦੀਆਂ ਤੇ ਬਹਿਬਲ ਕਲਾਂ ਦੀਆਂ ਟੀਮਾਂ ਆਪਣੇ ਆਪ ਨੂੰ ਪਿਆਰ ਰੱਖਣ ਵਾਦੀਆਂ ਤੇ ਬਹਿਬਲ ਕਲਾਂ ਦਾ ਮੁਕਾਬਲਾ ਹੋਣਾ ਕਿ ਮੁੰਡਿਓ ਡੰਡ ਬੈਠਕਾਂ ਲਾ ਲਓ ਕੁੜੀਓ ਆਪਣਾ ਰੂਪ ਸਵਾਰੋ ਤੁਹਾਡੀ ਕੀ ਮਜਬੂਰੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਉਧਰਲੇ ਪਾਸੇ ਕਹਿੰਦੇ ਫੜਿਆ ਹੋਇਆ ਗੁੱਟ ਨੌਜਵਾਨ ਨੇ ਲਾਇਆ ਹੋਇਆ ਜੱਫਾ ਮੇਰੀ ਸਾਂ ਮੇਰੀ ਸਾਂ ਆਹ ਦੇਖੋ ਕਿ ਤਲਵਾਰ ਗੁੱਟ ਦਾ ਪੱਕਾ ਛਾਇਆ ਵਿੱਚ ਮੈਦਾਨਾਂ ਦੇ ਪਰ ਦੇਖਣ ਵਾਲੇ ਹੁੰਦੇ ਦੋਸਤੋ
ਸ਼ੌਕ ਜਵਾਨਾਂ ਦੇ ਵਾਦੀਆਂ ਤੇ ਬਹਿਵਲ ਕਲਾਂ ਬਲਜੀਤ ਸਿੰਘ ਭੀਸ਼ਾ ਜਿਹੜੇ ਖਿਡਾਰੀ ਨੇ ਸਾਂਝੇ ਨੂੰ ਜੱਫਾ ਲਾਇਆ ਉਹਦੇ ਲਈ 50 ਰੁਪਏ ਮਾਣ ਆਇਆ ਰਜਿੰਦਰ ਸਿੰਘ ਜੀ ਰਾਣਾ ਵੱਲੋਂ ਬਹੁਤ ਧੰਨਵਾਦ ਰਜਿੰਦਰ ਰਾਣਾ ਜੀ ਉਹਨਾਂ ਵੱਲੋਂ ਵੱਡੇ ਮਾਣ ਹੈ ਜਿਸ ਨੌਜਵਾਨ ਨੇ ਗੁਰਪ੍ਰੀਤ ਸਾਂਝੇ ਨੂੰ ਜੱਫਾ ਲਾਇਆ ਕਿਉਂਕਿ ਦੋਸਤੋ ਵੱਡੇ ਖਿਡਾਰੀ ਨੂੰ ਜੱਫਾ ਲਾਉਣਾ ਹੌਸਲਾ ਦੇਣਾ ਬਣਦਾ ਹੈ ਲਓ ਖੇਡ ਗਰਾਊਂਡ ਵਿੱਚ ਚੱਲ ਵੀ ਗੁਰਪ੍ਰੀਤ ਸਿੰਘ ਪਾ ਕਬੱਡੀ ਉਹ ਸਮਾਂ ਸੀ ਜਦੋਂ ਗੁਰਪ੍ਰੀਤ ਸਾਂਝਾ 57 ਬਾੜ ਵਿੱਚ ਜਿੱਥੇ ਜਾ ਵੜਦਾ ਖਿੰਦੀ ਖਿਡਾਰੀ ਜਿਹੜੇ ਉਹ ਕਾਪੀਆ ਵੇਟ ਕਰਨੇ ਆ ਛੇਦੀ ਉੱਤੇ ਆ ਜੇ ਉਹ ਸਮਾਂ ਸੀ ਪਿਛਲੇ ਸਾਲਾਂ ਵਿੱਚ ਕਹਿੰਦੇ ਨੌਜਵਾਨ ਨੇ ਬੜਾ ਤਹਿਲਕਾ ਮਚਾਇਆ ਗੁਰਪ੍ਰੀਤ ਸਾਂਝੇ ਨੇ 57 ਬਾੜ ਵਿੱਚ ਬੜੇ ਜੇਤੂ ਝੰਡੇ ਗੱਡੇ ਆ ਫਿਰ ਸੱਟ ਲੱਗੀ ਫਿਰ ਕਹਿੰਦੇ ਖੇਡ ਗਰਾਊਂਡਾਂ ਦੇ ਨਾਲ ਜੁੜਿਆ ਲਓ ਆਹ ਦੇਖੋ ਮੇਰੀ ਸਾਂ ਇੱਥੇ ਰੱਖ ਇੱਥੇ ਰੱਖ ਆਹ ਹੁੰਦਾ ਚਾਰੇ ਪਾਸੋਂ ਐਨ ਗੋਲ ਮਟੋਲ ਆਰਤਨਾਂ ਨੇ ਸਿਰਾਣੇ ਅਰਗਾ ਪਿਆ ਆਹ ਹੁੰਦਾ ਗੱਭਰੂ ਧੂੜਾ ਪੜਦਾ ਚੱਲ ਵੀ ਨੌਜਵਾਨਾਂ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਦੀਨਾ ਸੌਣ ਮਹੀਨੇ ਮੀਂਹ ਪੈਂਦੇ ਸੁੱਕੀਆਂ ਵਾਂ ਜਮੀਨਾਂ ਤੂੜੀ ਖਾ ਖਾ ਬਲਦ ਹਾਰ ਗਏ ਗੱਭਰੂ ਖਾ ਖਾ ਫੀਮਾ ਆ ਤੇਰੇ ਨਖਰੇ ਨੇ ਪੜ ਛੁੱਟਿਆ ਕਬੂਤਰ ਚੀਨਾ ਲਓ ਡਗਰੂ ਵੱਲੋਂ ਖੇਡ ਗਰਾਊਂਡ ਦੇ ਉੱਤੇ ਬਲਜੀਤ ਭੀਸ਼ਾ ਅੱਗੇ ਵੱਧਦਾ ਔਰ ਪੁਆਇੰਟ ਭਾਵੀ ਦਾ ਕਿ ਲੱਖੇ ਕੰਧ ਵਾਲੇ ਨੇ ਕਹਿਣਾ ਆਪਾਂ ਕੀ ਨਸ਼ਿਆਂ ਤੋਂ ਲੈਣਾ ਲੱਖੇ ਕੰਧ ਵਾਲੇ ਨੇ ਕਹਿਣਾ ਆਪਾਂ ਕੀ ਨਸ਼ਿਆਂ ਤੋਂ ਲੈਣਾ ਖੇਡੋ ਖੇਡ ਕਬੱਡੀ ਜੀ ਕਿਤੇ ਮਿਲੂਗਾ ਮੋਟਰਸਾਈਕਲ ਕਿਤੇ ਮਿਲ ਜੂ ਗੱਡੀ ਜੀ ਅੱਜ ਮੋਟਰਸਾਈਕਲਾਂ ਦੇ ਨਾਲ ਫੈਸਲੇ ਹੋਣਗੇ ਬਾਬਾ ਪਕੌੜਿਆਂ ਵਾਲਾ ਕਹਿੰਦਾ ਵੀ ਅੱਧਾ ਕਿਲੋ ਪਕੌੜੇ ਜਿਹਨੇ ਸਾਂਝੇ ਨੂੰ ਜੱਫਾ ਲਾਇਆ ਡੇਢ ਕਿਲੋ ਚਟਨੀ ਬਾਬਾ ਪਕੌੜਿਆਂ ਵਾਲਾ ਮਾਨ ਭੇਜਦਾ ਔ ਸਿੰਘ ਸਰਦਾਰ ਛੇੜਦਾ ਪਰਿੰਡਾ ਵਾਲਾ ਖੱਖਰ ਹੁਣ ਗੱਲ ਕਸੂਤੀ ਜਾਪਦੀ ਹੈ ਇੱਥੇ ਰੱਖ ਵਾਹ ਵਾਹ ਕਿ ਕਿਹੜੀ ਗੱਲੋਂ ਕੰਨ ਬਲੇਟੀ ਤੁਰਿਆ ਫਿਰਦਾ ਏ ਐਵੇਂ ਮਾੜੇ ਘਰ ਦੀ ਗੜਬੀ ਨੂੰ ਰੜਿਆ ਫਿਰਦਾ ਏ ਆਹ ਦੇਖੋ ਖਾਲਸਾ ਸਿੰਘ ਸਰਦਾਰ ਨੇ ਜਫਾ ਲਾ ਲਿਆ ਕਿ ਸਿੱਖ ਦੀ ਨਿਸ਼ਾਨੀ ਕੰਘਾ ਕਿਰਪਾਨ ਕੜਾ ਲੱਖਾਂ ਚ ਸਜਾਂਦਾ ਹੈ ਸਿੰਘ ਸਰਦਾਰ ਖੜਾ ਸਿੰਘ ਸਰਦਾਰ ਨੇ ਕਮਾਲ ਕੀਤੀ ਹੈ ਅਗਲੀ ਰੇਡ ਡਗਰੂ ਦੀ ਧਰਤੀ ਦਾ ਖੇਡ ਗਰਾਊਂਡ ਵਿੱਚ ਗੱਭਰੂ ਅੱਗੇ ਵੱਧਦਾ ਹੋਇਆ ਉਧਰ ਕਹਿੰਦੇ ਮੁਕਾਬਲਾ ਗੁਰੂਸਰ ਵਾਲੇ ਦੇ ਨਾਲ ਹੋ ਚੁੱਕਾ ਹੈ ਲਓ ਉੜਦੀ ਹੋਈ ਧੂੜ ਖਿਲਾਰਦੀਆਂ ਨੇ ਬਾਹਾਂ ਫੜਿਆ ਹੋਇਆ ਲੱਕ ਆਹ ਚੱਕ ਲਿਆ ਚਾਹ ਦੀ ਬਾਟੀ ਉਹਨੂੰ ਨੌਜਵਾਨ ਨੇ ਕਿ ਤੱਕਿਓ ਬਾਈ ਜੀ ਮੁੰਡਾ ਤੇਰੇ ਵੱਲ ਝਾਕਦਾ ਹੈ ਤਾਏ ਕੋਲੇ ਜਾਣਾ ਪੱਪੂ ਮੋੜ ਮੋੜ ਆਖਦਾ ਹੈ ਤਾਏ ਕੋਲੇ ਜਾਣਾ ਪੱਪੂ ਮੋੜ ਮੋੜ ਆਖਦਾ ਹੈ ਬਹੁਤ ਸੋਹਣਾ ਜੱਫਾ ਗੁਰਪ੍ਰੀਤ ਸਾਂਝਾ ਸਮੱਦਰ ਕਾਕਾ ਇਸ ਨੌਜਵਾਨ ਦਾ ਆ ਦੇਖੋ ਵਜਨੀ ਕਬੱਡੀ ਦਾ ਸਟਾਰ ਅੱਗੇ ਵੱਧਦਾ ਹੋਇਆ ਕਿ ਜਿਹੜਾ ਵੀ ਖਿਡਾਰੀ ਮਨ ਲਾ ਕੇ ਖੇਡਦਾ ਜ਼ਰੂਰ ਮੁੱਲ ਪੈਂਦਾ ਯਾਰ ਉਹਦੀ ਰੇਡ ਦਾ ਪਰ ਲਵੇ ਨਾ ਸਹਾਰਾ ਗੋਲੀਆਂ ਦੀ ਡੱਬੀ ਦਾ ਕੌਡੀ ਤੋਂ ਹੀਰਾ ਬਣਜੂ ਜਿਹਨੂੰ ਲੱਗ ਗਿਆ ਇਸ ਕਬੱਡੀ ਦਾ ਕੌਡੀ ਤੋਂ ਹੀਰਾ ਬਣਜੂ ਜਿਹਨੂੰ ਲੱਗ ਗਿਆ ਇਸ ਕਬੱਡੀ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਗਰਾਊਂਡ ਵਿੱਚ ਬੋਲਿਆ ਹੋਇਆ ਧਾਵਾ ਇਧਰਲੇ ਪਾਸੇ ਵਧਿਆ ਹੋਇਆ ਅੱਗੇ ਨੌਜਵਾਨ ਗੱਭਰੂ ਨਹਿਰੀ ਸਾਂ ਧੁੰਮ ਮਚਾਉਂਦਾ ਹੋਇਆ ਗੱਭਰੂ ਚੱਲ ਵੀ ਨੌਜਵਾਨਾਂ ਪਾ ਕਬੱਡੀ ਅਗਲੀ ਰੇਡ ਖੇਡ ਗਰਾਊਂਡ ਵਿੱਚ ਨੌਜਵਾਨ ਅੱਗੇ ਵਧਦਾ ਹੋਇਆ ਗੁਰੂ ਸਰ ਦੀ ਧਰਤੀ ਦਾ ਕਿ ਗੁਰੂਆਂ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ ਵਿੱਚ ਵਿਦੇਸ਼ਾ ਉੱਚਾ ਹੁੰਦਾ ਸਨਮਾਨ ਕਬੱਡੀ ਦਾ ਪੂਜਨ ਯੋਗ ਹੁੰਦਾ ਕੰਗ ਮੈਦਾਨ ਕਬੱਡੀ ਦਾ ਹਰ ਇੱਕ ਮਾਂ ਦੀ ਇੱਛਾ ਕਿ ਮੇਰਾ ਪੁੱਤ ਬਣੇ ਕਪਤਾਨ ਕਬੱਡੀ ਦਾ ਹਰ ਇੱਕ ਮਾਂ ਦੀ ਇੱਛਾ ਕਿ ਮੇਰਾ ਪੁੱਤ ਬਣੇ ਕਪਤਾਨ ਕਬੱਡੀ ਦਾ ਅੱਜ ਕਹਿੰਦੇ ਦੇਖਾਂਗੇ ਕਿਹੜੇ ਖਿਡਾਰੀ ਦੀਆਂ ਇੱਛਾ ਪੂਰੀਆਂ ਹੋਣਗੀਆਂ ਮੋਟਰਸਾਈਕਲਾਂ ਦੇ ਫੈਸਲੇ ਹੋਣਗੇ ਢਲਦੇ ਪਰਛਾਵੇਂ ਦੀਆਂ ਗੱਲਾਂ ਹੋਣਗੀਆਂ ਔਰ ਦੇਖੋ ਕਬੱਡੀ 75 ਜਿੰਨੀਆਂ ਵੀ ਟੀਮਾਂ ਪਹੁੰਚ ਚੁੱਕੀਆਂ ਜਲਦੀ ਦੋਸਤੋ ਐਂਟਰ ਹੋ ਜਾਓ ਕਬੱਡੀ 75 ਕਿਲੋ ਵਾਦੀਆਂ ਤੇ ਬਹਿਵਲ ਕਲਾਂ ਦੀਆਂ ਟੀਮਾਂ ਦਾ ਅਗਲਾ ਮੈਚ ਹੈ ਉਸ ਤੋਂ ਬਾਅਦ ਦਾਨਾ ਰਮਾਣਾ ਤੇ ਜੰਗ ਸਿੰਘ ਵਾਲ ਦਾ ਮੁਕਾਬਲਾ ਹੋਣਾ ਹੈ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣਗੀਆਂ ਕਿ ਧਾਨੋ ਗੱਭਰੂ ਜਬਾਨ ਦੇ ਸ਼ਿੰਗਾਰੇ ਮੈਦਾਨਾਂ ਦੇ ਫੁੱਲਾਂ ਵਾਂਗੂ ਦੇਖੋ ਚਿਹਰੇ ਚਮਕਦੇ ਜਵਾਨਾਂ ਦੇ ਕੰਧ ਵਾਲੇ ਵਾਲਾ ਲੱਖਾਂ ਕੇ ਨਸ਼ਿਆਂ ਦੀ ਲੱਤ ਕਰਕੇ ਭੁੱਲ ਕੇ ਵੀ ਲਾਉਣੀ ਨਾ ਮੰਨਾ ਮਾਰ ਲੈ ਜਵਾਨਾਂ ਇਹ ਜਵਾਨੀ ਵਾਰ ਵਾਰ ਆਉਣੀ ਨਾ ਇਹ
जवानी बार बार आनी ना इधरले पासे पाई हुई रेड़ खेड़ ग्राउंड अगे चढ़ती जवानी है तीन मोने दिख ज्ञानी है किस नौजवान दे नाल टकरा आ गुरप्रीत सांझा पत्तो वाला नौजवान भांजड़ा पाई फरदा है कि बाबू रज वाली चूतला गन्ने के टोटिया जोरावर सान ने भजाता चोटों अगली रेड खेड़ ग्राउंड डगरू की धरती का गबरू अगे वध नहरी सां वाह के वाह सोहनी खेड़ कबड्डी दी वाह सोहनी खेड़ कबड्डी दी आ चलिया नौजवान पॉइंट का वाधा करता होया वादियां ते बैबल कलां दियां टीमां अपने आप नूं वार्म अप रखो वादियां ते बैबल कलां चल भी नौजवाना ता कबड्डी पतला शरीर है एन हवा दे बुले वर्गा गबरू पौदा होया कबड्डी बोलिया होया धावा इस नौजवान खिलाड़ी का उधर कहने डगरू वाला काला नहीं सर इथे रख के चुल्ले की मिट्टी नहीं हारे की मिट्टी मैं सदके जावा काले घूड़ नूं वाती साबन की टिक्की आओ देखो लाया होया जफा खेड़ ग्राउंड विच काला आ देखो करदा है कमाल मार मार धौला गिती करदा है लाल चल भी नौजवान ता कबड्डी बलजीत सिंह भीशा बब्बे ना बलजीत नाम है इस नौजवान का एक सैदोकां की धरती का कबड्डी जग का महान जाफी है कबड्डी जग का महान खिलाड़ी है लाओ गुरु सरिया कहिंदा मैनू छड्डो हुंदा खड़का दड़का हुंदा खड़का दड़का इत्थे रख इत्थे रख लाओ पॉइंट 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 धावी का पॉइंट धावी का हैलो 75 किलो भार दी टीमों नूं लास्ट काला बैनी असीं टाइयां पाउण जा रहे हां असीं टोटल 12 टीमां एंटर करनी है ਸਾਡੇ ਕੋਲੇ 10 ਟੀਮਾਂ ਐਂਟਰ ਹੋ ਗਈਆਂ ਦੋ ਟੀਮਾਂ ਅਸੀਂ ਹੋਰ ਐਂਟਰ ਕਰਾਂਗੇ ਜੇ ਕੋਈ ਨਵੀਂ ਟੀਮ ਆਈ ਹੈ ਤਾਂ ਜਲਦੀ ਦੇ ਨਾਲ ਆਪਣੀ ਐਂਟਰੀ ਜਮ੍ਹਾਂ ਕਰਵਾਵੇ ਕਬੱਡੀ 75 ਕਿਲੋ ਭਾਰ ਕਬੱਡੀ ਓਪਨ ਦੀਆਂ ਪਹਿਲੀਆਂ 32 ਟੀਮਾਂ ਐਂਟਰ ਕਰਾਂਗੇ ਇਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਲਦੀ ਦੇ ਨਾਲ ਆਪਣੀਆਂ ਟੀਮਾਂ ਦੀ ਐਂਟਰੀ ਕਰਵਾਉਣ ਕਬੱਡੀ ਓਪਨ ਲਾਸਟ ਕਾਲ ਹੈ ਕਬੱਡੀ 75 ਕਿਲੋ ਭਾਰ ਦੇ ਖਿਡਾਰੀਆਂ ਨੂੰ ਜਲਦੀ ਦੇ ਨਾਲ ਆਪਣੀ ਐਂਟਰੀ ਕਰਵਾਉਣ ਇਸ ਮੈਚ ਤੋਂ ਜਿੱਤੂਰੀ ਟੀਮ ਹੈ डगरू डगरू की टीम ने मुकाबला जित लिया है वादिया बैबल कलां का मुकाबला होने लगा है दाना अरमाना जग सिंह वाला तैयारी खिंच लो दाना अरमाना जग सिंह वाला हेलो एक पॉइंट जरूर दसा करो भी केड़ी टीम दे किन्ने है क्योंकि पूरी दुनिया दे जिहड़ा लाइव चल रहा है साढ़े 20 पॉइंट जिहड़े डगरू दे और 11 पॉइंट जिहड़े गुरु सर दे रहे हैं इस मैच दे विच साढ़े 20 ते 11 अंक दे फर्क नाल डगरू दी टीम जित रही है